हेलो एवरीवन, ਕਿਵੇਂ ਹੋ ਸਾਰੇ? ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਤਾਂ ਵੈਲਕਮ ਟੂ ਮਾਈ YouTube ਚੈਨਲ। ਅਗਰ ਤੁਸੀਂ ਇੱਥੇ ਨਵੇਂ ਆ ਤਾਂ ਜਾ ਕੇ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੁਰਾਣੀਆਂ ਸਾਰੀਆਂ ਵੀਡੀਓਜ਼ ਨੂੰ ਦੇਖ ਲਓ। ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓਜ਼ ਨੂੰ, ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਬਣਾਉਣ 'ਚ। ਤੇ ਅੱਜ ਆਪਾਂ ਜਾ ਰਹੇ ਹਾਂ, ਮਤਲਬ ਜੋ ਸਾਰਿਆਂ ਨੂੰ ਉਡੀਕ ਸੀ ਕਿ ਮੈਂ ਕਦੋਂ ਇਬਲੀਨ ਦੇ ਘਰ ਜਾਊਂਗੀ। ਸੋ ਅੱਜ ਫਾਈਨਲੀ ਉਹ ਦਿਨ ਆ ਗਿਆ ਜਿਹਦੀ ਤੁਸੀਂ ਵੇਟ ਕਰ ਰਹੇ ਸੀ। ਤੇ ਮੈਂ ਅੱਜ ਜਾ ਰਹੀ ਹਾਂ ਇਬਲੀਨ ਦੇ ਘਰ। ਇੱਕ ਤਾਂ ਫਸਟ ਉਹਨਾਂ ਦੇ ਪਾਪਾ ਦਾ ਬਰਥਡੇ ਆ, ਐਂਡ ਸੈਕਿੰਡ ਆਪਾਂ ਮੇ ਬੀ ਕੱਲ੍ਹ ਅੰਮ੍ਰਿਤਸਰ ਜਾ ਰਹੇ ਹਾਂ ਮੱਥਾ ਟੇਕਣ, ਬਿਕੋਜ਼ 6-7 ਮਹੀਨੇ ਹੋ ਗਏ ਮੈਨੂੰ ਤਾਂ, ਸ਼ਾਇਦ ਮੈਂ ਮੱਥਾ ਨਹੀਂ ਟੇਕਿਆ ਹੈਗਾ ਅੰਮ੍ਰਿਤਸਰ ਜਾ ਕੇ। ਸੋ ਆਪਣਾ ਇਹ ਪਲੈਨ ਆ, ਬਾਕੀ ਅੱਗੇ ਦਾ ਕਿਤੇ ਹੋਰ ਵੀ ਪਲੈਨ ਆ, ਬਟ ਉਹ ਹਲੇ ਸ਼ਿਓਰ ਨਹੀਂ ਆ। ਸੋ ਅੱਗੇ ਅੱਗੇ ਮੈਂ ਤੁਹਾਨੂੰ ਵਲੌਗ 'ਚ ਦੱਸੀ ਜਾਊਂਗੀ ਜੋ ਜੋ ਸਾਡਾ ਪਲੈਨ ਹੋਇਆ। ਅਤੇ ਹੁਣ ਮੈਂ ਨਿਕਲ ਚੁੱਕੀ ਹਾਂ ਸੁਸਾਇਟੀ ਤੋਂ ਅਤੇ ਹੁਣ ਆਪਾਂ ਜਾ ਰਹੇ ਹਾਂ ਦਸੂਏ। ਸੋ ਮਿਲਦੇ ਹਾਂ, ਬਾਏ ਬਾਏ। ਆਪਾਂ ਪਹੁੰਚ ਚੁੱਕੇ ਹਾਂ ਦਸੂਏ ਬਹੁਤ ਹੀ ਜੱਦੋ ਜਹਿਦ ਦੇ ਨਾਲ। ਅੱਜ ਸਾਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਤਾਂ ਟੋਲ ਟੈਕਸ ਵਾਲੇ ਇੰਨਾ ਦਿਮਾਗ ਖਾਂਦੇ ਆ ਨਾ ਯਾਰ, ਪੱਕੀ ਗੱਲ ਹੈ। ਅਤੇ ਹੁਣ ਆਪਾਂ ਪਹੁੰਚ ਕੇ ਦਸੂਏ, ਅਤੇ ਹੁਣ ਆਪਾਂ ਗਲਤ ਮਾਰਕੀਟ 'ਚ ਫਸ ਗਏ ਹਾਂ ਲੋਕੇਸ਼ਨ ਦੇ ਹਿਸਾਬ ਨਾਲ। ਅਤੇ ਹੁਣ ਜਿੱਦਾਂ ਹੀ ਆਪਾਂ ਇਬਲੀਨ ਨੂੰ ਮਿਲਦੇ, ਫਿਰ ਆਪਾਂ ਤੁਹਾਨੂੰ ਵੀ ਦੁਬਾਰਾ ਮਿਲਦੇ ਹਾਂ। ਹੁਣ ਆਪਾਂ ਮਾੜੇ ਜਿਹੇ ਲੱਭ ਲਈਏ ਉਹ ਕਿੱਥੇ ਆ, ਨਹੀਂ ਤਾਂ। ਤਾਂ ਹੁਣ ਆਪਾਂ ਬੈਠੇ ਹਾਂ CCD ਦਸੂਏ ਦੀ, ਓ ਮਾਈ ਗੋਡ, ਜਿੱਥੇ ਸ਼ੇਰਨੀ ਜੀ ਆਉਂਦੇ ਹੁੰਦੇ ਵੀਡੀਓਜ਼ ਬਣਾਉਣ, ਅਤੇ ਆਪਾਂ ਨੂੰ ਮਿਲ ਗਏ ਆ। ਅਤੇ ਮੈਂ ਪਹਿਲਾਂ ਕਲਿੱਪ ਨਹੀਂ ਬਣਾਈ, ਉਦੋਂ ਸਾਡੀ ਗੱਡੀ ਦਾ ਟਾਇਰ ਪੰਚਰ ਹੋ ਗਿਆ ਸੀ, ਮਤਲਬ ਫਟ ਹੀ ਗਿਆ ਸੀਗਾ ਵਿਚਾਰਾ ਟਾਇਰ, ਅਤੇ ਮਤਲਬ ਜੋ ਵੀ ਪੈਂਚਰ ਹੋਇਆ ਸੀਗਾ। ਅਤੇ ਹੁਣ ਆਪਾਂ ਆਏ ਹਾਂ ਪੀਣ ਕੌਫੀ। ਮੈਂ ਤੁਹਾਨੂੰ ਮੀਟਿੰਗ ਦੀ ਕਲਿੱਪ ਨਹੀਂ ਦਿਖਾ ਪਾਈ ਬਿਕੋਜ਼ ਮੈਂ ਖੁਦ ਇੰਨੀ ਐਕਸਾਈਟਿਡ ਸੀਗੀ। ਅਤੇ ਹੁਣੇ ਮੈਡਮ ਜੀ ਸਾਨੂੰ ਮਿਲ ਗਿਆ, ਕਿਵੇਂ ਹੋ? ਵਧੀਆ ਵਧੀਆ, ਤੁਸੀਂ ਦੱਸੋ। ਆ ਗਏ ਲੋਕੀ ਮੈਨੂੰ ਇੰਨਾ ਕਹਿੰਦੇ ਸੀ ਨਾ, ਹਾਂ ਉਹ ਮੈਨੂੰ ਵੀ ਕਹਿ ਰਹੇ ਸੀ ਕਿ ਤੁਸੀਂ ਰੋਜ਼ ਚੱਲ ਜਾਂਦੇ ਹਮੇਸ਼ਾ, ਤੁਸੀਂ ਉਹਨਾਂ ਨੂੰ ਬੁਲਾ ਲਓ। ਬੁਲਾ ਲਿਆ ਹੁਣ ਘਰੇ ਬੈਂਡ ਬਾਜਾ ਬਰਾਤ ਵੇਟ ਕਰ, ਬਰਾਤੀ ਸੌਰੀ ਬੈਂਡ ਬਾਜਾ ਵੇਟ ਕਰ ਰਹੇ ਹਾਂ। ਆਪਾਂ ਹੁਣ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਕਿਵੇਂ ਕੀ ਹੈ। ਚਲੋ, ਤੁਹਾਡੇ ਲਈ ਇੱਥੇ ਸਟਾਰਬਕਸ ਤਾਂ ਹੈ ਨਹੀਂ, ਫਿਰ ਵੀ ਮੈਂ ਕੋਸ਼ਿਸ਼ ਕੀਤੀ ਉਦਾਂ ਦੀ ਸੇਮ ਕਾਫੀ। ਕਿੱਦਾਂ ਦੀ ਲੱਗੀ? ਠੀਕ ਆ, ਸਟਾਰਬਕਸ ਨਾਲੋਂ ਬੈਟਰ ਨਹੀਂ ਆ, ਬਟ ਚਲੋ ਠੀਕ ਆ। ਆਪਣੇ ਦਸੂਏ ਤਾਂ ਹੀ ਮਿਲਦਾ ਹਨਾ ਵੀ ਨਹੀਂ, ਬਟ ਇਹ ਵੀ ਘੈਂਟ ਆ ਅਕੋਰਡਿੰਗ ਟੂ CCD। ਓਕੇ ਓਕੇ, ਵੀ ਰੀਚ ਤਾਂ ਕੋਈ ਕਰ ਹੀ ਨਹੀਂ ਸਕਦਾ। ਹਾਂਜੀ, ਇਸੇ ਦੀ ਪੀਕੇ ਤਾਂ ਦੱਸ ਦਿਓ ਇੱਕ ਵਾਰੀ ਗ੍ਰਾਹਕਾਂ ਨੂੰ। ਲਓ ਜੀ, ਪ੍ਰੀਤ ਹੁਣਾਂ ਦੇ ਸਾਡੇ ਦਸੂਏ 'ਚ ਚਰਨ ਪਏ ਨੇ। ਧੰਨ ਧੰਨ ਚਲੋ ਅੱਜ ਚੱਲੀਏ ਟਾਈਮ ਨਾਲ ਘਰ ਨੂੰ। ਹੁਣ ਫਿਰ ਮੈਂ ਇਹਨਾਂ ਨੂੰ ਲੈਣ ਆਈ ਸੀ ਦਸੂਏ, ਤਾਂ ਹੁਣ ਮੈਂ ਇਹਨਾਂ ਨੂੰ ਘਰੇ ਲੈ ਕੇ ਚੱਲੀ। ਅੜੀ ਬੱਤੀ ਬੰਦ ਕਰੀਏ, ਇਹਨੂੰ ਡਰਾਈਏ ਥੋੜਾ ਜਿਹਾ, ਹੁਣ ਤਾਂ ਨਹੀਂ ਲੱਗਦਾ ਹੋਣਾ ਕਿਉਂਕਿ ਡਰਨ ਦੀ ਆ। ਇਹ ਹੁਣ ਆ ਜਾਣਾ, ਹੁਣ ਤੇ ਰੌਣਕ ਆ ਜਾਣੀ ਅੱਗੇ। ਪਹੁੰਚ ਗਈ ਆ। ਹੈਲੋ, ਫਾਈਨਲੀ ਜਿੱਦਾਂ ਤੁਹਾਨੂੰ ਇੰਤਜ਼ਾਰ ਸੀ ਮੈਂ ਇਬਲੀਨ ਦੇ ਘਰ ਆ ਚੁੱਕੀ ਆ। ਪਹਿਲਾਂ ਦੱਸੋ ਤੁਹਾਡਾ ਜੋਰਡਨ ਕਿੱਥੇ? ਮੈਨੂੰ ਡਰ ਲੱਗਦਾ। ਚਲੋ ਚਲੋ, ਚੁੰਨੀ ਲਿਆ? ਨਹੀਂ, ਰਹਿਣ ਦੇ ਦਿੱਤੀ। ਚਲੋ ਚੁੰਨੀ ਤਾਂ ਲੈ ਲਾ। ਚਲੋ ਚਲੋ ਮੰਮਾ, ਆਪਰੇ ਪਾਉਣਾ ਜੀ। ਹਾਂ, ਕਿਦਾਂ ਬਾਜ ਗਿਆ ਭਾਈ? ਇੱਧਰ ਵੀ ਪਾਉਣਾ ਯਾਰ, ਇੰਦਰ ਆ ਬਾਹਰ ਪੈਂਟ ਕਰ। ਚੱਲ ਆ ਜਾ, ਆ ਜਾ, ਆ ਗਿਆ ਆ ਗਿਆ। ਬਾਦ ਦੇ ਚੋਣੇ ਤੇਲ ਨਾਲ ਪੂਰੀ ਨਹੀਂ ਕੀਤੀ। ਹੈ ਗੋਡਸ, ਰੁਕ ਜਾ, ਚਲਾ ਦੇ। Happy birthday to you, happy birthday to you. Chalo chalo, aajo bas. Happy birthday to you, happy birthday to you, happy birthday. ਸਾਲ ਹੋਏ ਹਜ਼ਾਰ।
ਮਿੱਠੂ ਅੱਜ ਆਹ ਚੱਕ ਕੇ ਲਈ ਆ ਮਿੱਠੂ ਨੂੰ ਸੜਕ ਤੋਂ ਅੰਨਾ ਆ ਉਹ ਉਹਨੂੰ ਦਿਖਦਾ ਨਹੀਂ ਆ ਤੇ ਉਹ ਕੁਝ ਖਾ ਵੀ ਨਹੀਂ ਰਿਹਾ ਹੈਗਾ ਮਿੱਠੂ ਦੇ ਦਿਵਾਲੇ ਹੋਏ ਹੋਏ ਸਾਰੇ ਹੋ ਰਿਹਾ ਮਿੱਠੂ ਮੈਂ ਦਿਖਾਂਗਾ ਇਹ ਤਾਂ ਆਪ ਇਹ ਤੂੰ ਕਰੰਟ ਨਾ ਮਾਰਿਆ ਕਰ ਮੈਨੂੰ ਪਲੀਜ਼ ਮਿੱਠੂ ਦਿਖਾਣੇ ਆ ਜਾ ਹੈ ਇਹਦੀਆਂ ਅੱਖਾਂ ਨਹੀਂ ਖੁੱਲਦੀਆਂ ਸ਼ਾਇਦ ਇਹਨੂੰ ਦੀਦਾ ਨਹੀਂ ਆ ਤੇ ਹਾਂ ਇਹ ਅੱਖਾਂ ਆਪਣੀਆਂ ਬੰਦ ਰੱਖਦਾ ਜਿੱਦਾਂ ਤੁਸੀਂ ਦੇਖਦੇ ਜੇ ਕਿਸੇ ਨੂੰ ਪਤਾ ਕਿੱਦਾਂ ਠੀਕ ਹੋ ਸਕਦਾ ਦੱਸਿਓ ਬਾਬੇ ਵੈਸੇ ਐਡੀ ਮੈਨੂੰ ਦੱਸੀ ਐਨੀ ਤਾਂ ਬੰਦੇ ਬੁਰਕੇ ਖਾਂਦੇ ਜਿੱਦਾਂ ਜਿੱਦਾਂ ਤੁਹਾਨੂੰ ਵੱਢ ਕੇ ਪਾਏ ਆ ਉਹ ਨਿੱਕੇ ਨਿੱਕੇ ਵੀ ਪਾਏ ਆ ਵਿਚਾਰੇ ਨੂੰ ਬਾਅਦ ਚੋਂ ਪਾਏ ਤਾਂ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ ਸਹੀ ਹੋ ਜੇ ਤੇ ਹੁਣ ਆਪਾਂ ਕਰਨ ਲੱਗੇ ਆਂ ਡਿਨਰ ਕਿਉਂਕਿ ਭੁੱਖ ਬਹੁਤ ਲੱਗੀ ਐਡਾ ਜ਼ਿਆਦਾ ਸਫ਼ਰ ਕਰਕੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜਦੋਂ ਆਉਂਦਾ ਹੈ ਡਿਨਰ ਦੇਖਦੇ ਹਾਂ ਕੀ ਆ ਸਾਡੀ ਸੇਵਾ 'ਚ ਕੀ ਕੀ ਪੇਸ਼ ਕੀਤਾ ਜਾਂਦਾ ਆ ਵਾਹ 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 ਸੇਵਾ ਇੱਕ ਗੱਲ ਤਾਂ ਦੱਸ ਆਈ ਸੀ ਇੱਕ ਗੱਲ ਤਾਂ ਦੱਸ ਸਾਡੀ ਹਾਂ ਮੋਟੇ ਆ ਗਿਆ ਸਾਡਾ ਸਾਰਾ ਸਮਾਨ ਵਾਹ 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 ਐਡੀ ਖਾਤਰਦਾਰੀ ਆ ਕੀ ਆ ਮੀਟ ਮੀਟ ਆ ਦੇਖ ਚਿਕਨ ਚਿਕਨ ਦੀ ਤਰੀ ਇਹ ਮੈਂ ਖਾਣੀ ਆ ਆ ਮੈਂ ਨਹੀਂ ਖਾਣਾ ਆ ਮਟਰ ਪਨੀਰ ਆ ਸਾਰੇ ਵਾਹ ਭੈਣ ਕਰਦੀ ਆ ਹਾਂ ਚੱਲ ਕਿੱਦਾਂ ਦਾ ਲੱਗਾ ਤੈਨੂੰ ਅਸੀਂ ਆਏ ਆ ਇੱਥੇ ਬਹੁਤ ਜ਼ਿਆਦਾ ਵਧੀਆ ਲੱਗਾ ਕਿ ਹੁਣ ਬੋਲ ਇਹ ਸੋਹਣੀ ਲੱਗਣ ਦੀ ਦੱਸ ਬਹੁਤ ਚੱਲ ਹੁਣ ਹੁਣ ਬੋਲ ਬਹੁਤ ਵਧੀਆ ਲੱਗ ਰਿਹਾ ਕਿ ਹਨਾ ਤੁਸੀਂ ਇੱਥੇ ਆਏ ਆ ਜਿੱਦਾਂ ਕਿ ਹਾਂ ਯਾਰ ਬੋਲ ਯਾਰ ਆੜੀ ਨਾ ਕਰ ਜਾ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਸਾਡੇ ਘਰੇ ਆਏ ਅੱਛਾ ਸਾਡਾ ਘਰ ਅੱਛਾ ਮਤਲਬ ਤੁਸੀਂ ਆਪਣੇ ਘਰ ਮੈਨੂੰ ਬਹੁਤ ਵਧੀਆ ਲੱਗਾ ਕਿ ਤੁਸੀਂ ਆਪਣੇ ਘਰੇ ਆਏ ਹਾਂ ਦੇਖ ਕਿੱਦਾਂ ਦਾ ਫੀਲ ਹੋ ਰਿਹਾ ਤੈਨੂੰ ਤੇਰੇ ਘਰ ਆਇਆ ਸੀ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਚੱਲ ਠੀਕ ਆ ਵਧੀਆ ਤਾਂ ਲੱਗ ਰਿਹਾ ਮੰਨਦੇ ਗੱਲ ਆ ਸਾਡੀ ਸ਼ੌਂਕ ਦਾ ਦੱਸ ਦੇ ਉਧਰ ਗਰੀਬ ਬੰਦੇ ਅਸੀਂ ਗਰੀਬ ਬੰਦੇ ਸ਼ੌਂਕ ਦਾ ਦੱਸ ਸਕਦੇ ਕੋਈ ਬੜੀ ਗੱਲ ਨਹੀਂ ਮਾਫੀ ਬਖਸ਼ਿਓ ਤੁਹਾਨੂੰ ਜਵਾਬ ਨਹੀਂ ਆਇਆ ਕੀ ਹੋ ਰਿਹਾ ਚਾਹੀਦੇ ਮੇਰੇ ਨਾਲ ਧੱਕਾ ਕਰ ਰਹੇ ਆ ਠੀਕ ਠਾਕ ਦਾ ਰੋਟੀ ਬਾਹਲੀ ਘੈਂਟ ਸੀ ਪਰ ਮਿਰਚਾਂ ਬਹੁਤ ਸੀ ਤਰੀ ਚ ਡਰ ਤਾਂ ਨੀ ਲੱਗਦਾ ਡੈਡੀ ਪਿੱਛੇ ਆਉਂਦੇ ਪਏ ਹੋਕੀ ਲੈ ਕੇ ਡਰਨਾ ਨੀ ਕੋਈ ਨੀ ਲੈ ਕੇ ਜਾਂਦਾ ਜੋੜਨ ਸੋ ਅਸੀਂ ਇਹਨਾਂ ਦੇ ਨਾਲ ਦੇ ਪਿੰਡ ਚ ਜਾ ਕੇ ਆਏ ਆ ਹੁਣ ਤੋਰ ਤੋਰ ਕੇ ਇਹਨਾਂ ਨੇ ਸਾਨੂੰ ਸਾਹ ਚੜਾ ਦਿੱਤਾ ਇਹ ਹਲੇ ਹੋਰ ਕਹਿ ਰਹੀ ਕਿ ਫਿਰ ਇੱਕ ਗੇੜਾ ਲਾ ਕੇ ਆਈਏ ਬਾਬੇ ਇੰਨਾ ਡਰਾਵਨਾ ਰਸਤਾ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਟਾਈਮ ਬਾਅਦ ਦੇਖਿਆ ਤੇ ਸਿਰੇ ਦੀ ਕਦੀ ਕਦੀ ਦੇਖਣੇ ਚਾਹੀਦੇ ਡਰਾਵਣੇ ਰਸਤੇ ਵੀ ਚੰਗੇ ਹੁੰਦੇ ਸਾਡੇ ਵਰਗੇ ਨੂੰ ਚੱਕ ਕੇ ਲੈ ਜਾਂਦੇ ਤਾਂ ਪਤਾ ਵੀ ਨਹੀਂ ਲੱਗਦਾ ਹੈਗਾ ਤੂੰ ਸੱਪੜੀ ਹੁੰਦਾ ਤੇ ਮੈਂ ਤਾਂ ਤੂੰ ਸੱਪੜੀ ਇੱਕ ਤਾਂ ਤੂੰ ਸੱਪੜੀ ਨਾਗਿਨ ਗਾਇਸ ਮੈਂ ਕਿਉਂ ਕਿਉਂ ਮੇਰੀ ਧੀਏ ਕਿਉਂ ਰੋ ਰਹੀ ਆ ਤੂੰ ਬਾਬੇ ਤਾਂ ਲੱਗੇ ਬੜਾ ਐਂਡ ਸ਼ਾਟ ਆਇਆ ਜੋੜਨ ਤੂੰ ਪ੍ਰੀਤ ਨੂੰ ਨਹੀਂ ਮਿਲਿਆ ਮਿਲ ਚੱਲ ਉਹਨੂੰ ਚੱਲ ਉੱਪਰ ਉੱਪਰ ਮਤਲਬ ਕਿ ਇੱਦਾਂ ਇੱਦਾਂ ਕਹਿ ਉਹਨੂੰ ਇਹ ਤਾਂ ਕਿੰਨਾ ਹਰ ਚੀਜ਼ ਤੋਂ ਹੀ ਡਰਦੀ ਕੁੜੀ ਜੋੜਨ ਨੋ ਜੋੜਨ ਦੰਦੀ ਵੱਢ ਦੇ ਦੇ ਤੈਨੂੰ ਲੱਗਦਾ ਭੋਲਾ ਜਿਹਾ ਦੰਦੀ ਵੱਢੂਗਾ ਗੂਠੇ ਦੇ ਵੀ ਬਣਦਾ ਇੱਕ ਦੋ ਚੰਦ ਦਾ ਮਤਲਬ ਕੀ ਆ ਬਾਬਾ ਜੀ ਮਾੜਾ ਹੁੰਦਾ ਮਾੜਾ ਹੁੰਦਾ ਚਲੋ ਫੇਰ ਚਲੋ ਪੰਜਾਬੀ ਚ ਪੁੱਛ ਲਾ ਇੰਗਲਿਸ਼ ਚ ਪੁੱਛ ਲਾ ਮਤਲਬ ਇੰਗਲਿਸ਼ ਵਾਲੇ ਪੁੱਛ ਲਾ ਐਡਾ ਕੁਇਜ਼ ਹੋਣ ਲੱਗਾ ਚਲੋ
ਅੱਛਾ ਸਾਊਥ ਅਮਰੀਕਾ ਤੇ ਨਹੀਂ ਇਹ ਨਹੀਂ ਪਤਾ ਮੈਂ ਗਈ ਨਹੀਂ ਕਦੇ ਮੈਨੂੰ ਕਿਦਾਂ ਪਤਾ ਹੋਊਗਾ ਜ਼ਿਆਦਾ ਹੀ ਤੂੰ ਤਾਂ ਵਧੀਆ ਪੁੱਛਣ ਲੱਗ ਪਿਆ ਇੰਨੇ ਵਧੀਆ ਵੀ ਨਹੀਂ ਪੁੱਛਣੇ ਅਗਲੇ ਪੰਜਾਬ ਪੰਜਾਬ ਦੇ ਬੱਚੇ ਪਤਾ ਲੱਗੇ ਸਭ ਤੋਂ ਪਹਿਲਾਂ ਕਾਫੀ ਜਿਹੜੀ ਪੀਤੀ ਸੀ ਉਹ ਆਪ ਪੀਤੀ ਸੀ ਜਾਂ ਕਿਸੇ ਨੇ ਪਲਾਈ ਸੀ ਕਿਹੜੀ ਕੋਈ ਵੀ ਕਾਫੀ ਜ਼ਿੰਦਗੀ ਚ ਕਾਫੀ ਪੀਤੀ ਸੀ ਜਿਹੜੀ ਘਰ ਦੇ ਨੇ ਚਲੇ ਇਧਰੇ ਪੁੱਛਦੇ ਆ ਦੋਸਤ ਮਿਲਿਆ ਜਿਹਨੇ ਹਮੇਸ਼ਾ ਪੈਸੇ ਖਾਧੇ ਹੀ ਆ ਕਦੀ ਖਿਲਾਏ ਨੀ ਕੀ ਉਹ ਆਪ ਹੀ ਆ ਤੂੰ ਇਹ ਵੀ ਹੋ ਸਕਦਾ ਆਪ ਤਾਂ ਨਹੀਂ ਆ ਜਦੋਂ ਪੈਸੇ ਹੈ ਨਹੀਂ ਸੀਗੇ ਉਦੋਂ ਕੋਈ ਦੋਸਤ ਹੀ ਨਹੀਂ ਸਾਡਾ ਇੱਦਾਂ ਦਾ ਮਿਲਿਆ ਜਿਹਨੇ ਖਵਾਏ ਹੋਣ ਜਦੋਂ ਸਾਡੇ ਪੈਸੇ ਹੈਗੇ ਉਦੋਂ ਹੀ ਮਿਲੇ ਆ ਤੇ ਉਦੋਂ ਖਾਧੇ ਨਹੀਂ ਕਿਸੇ ਨੇ ਮੇਰੇ ਕੋਲ ਫਿਰ ਹੈ ਨਹੀਂ ਇੱਦਾਂ ਦਾ ਕੋਈ ਦੋਸਤ ਚੱਲ ਅੱਗੇ ਕਰ ਇਦਾਂ ਦੇ ਨਾ ਪੁੱਛੋ ਕਲੈਪਿੰਗ 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 ਮਗਾ ਕੰਡੇ ਲਾਤਾ ਜ਼ਹਿਰ ਹੀ ਵਿਛ ਗਈ ਚਾਦਰ ਤੇ ਤੁਹਾਨੂੰ ਕਿੱਥੇ ਚੱਲਿਆ ਕਰੀ ਗੱਲ ਪੂਰੀ ਸੁਣ ਲਓ ਚਲ ਹਾਂ ਹਾਂ ਕਰੀਦਾ ਹੈ ਕਿ ਮੈਡਮ ਨੇ ਚੋਕਲੇਟ ਭੇਜੇ ਆ ਤੇ ਚੋਕ ਖਾ ਲੇ ਚੋਕ ਮੈਂ ਖਾਂਦੀ ਹੋਣੀ ਸੀ ਤੇ ਜਿਹੜੇ ਖਾਣਾ ਜਿਹੜੇ ਖਾਂਦੇ ਹੋਣ ਮੇਰੇ ਵਰਗੇ ਮਤਲਬ ਨਹੀਂ ਮੇਰੇ ਤੇ ਲਾਂਦੇ ਆ ਗੱਲ ਮੈਂ ਖਾਂਦੀ ਆ ਨਾ ਮਿੱਟੀ ਖਾਂਦੀ ਚੁੱਲੀ 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 ਚੁੱਲੇ ਦੀ ਮਿੱਟੀ ਖਾਂਦੀ ਆ ਕਦੀ 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 ਮਿੱਟੀ ਨਾਲ ਖੇਡਿਆ ਹਾਂ ਬਹੁਤ ਵਾਰ ਉਹ ਜਿੱਦਾਂ ਮਿੱਟੀ ਦੇ ਜੰਮੇ ਪਰ ਸਰੰਗ ਜੀ ਸਰੰਗ ਜੀ ਬਣਾ ਕੇ ਇੱਧਰ ਦੀ ਖਾਂਦਾ ਨਹੀਂ ਨਹੀਂ ਕੋਈ ਖੇਡਣ ਨਹੀਂ ਮੇਰਾ ਕੁਐਸਚਨ ਕਦੇ ਪਾਣੀ ਪੀਤਾ ਹਾਂ ਬਹੁਤ ਵਾਰ ਮੈਂ ਚਰਨ ਨਾਲ ਹੋਦੀ ਕਹਿੰਦੀ ਆ ਨਵੀਂ ਨੀ ਗੱਲ ਸੁਣੀ ਕਹਿੰਦੀ ਉਹ ਡੀਲ ਬੜੀ ਚੱਲਣ ਦੀ ਆ ਜਿਹੜੀ ਕਹਿੰਦੇ ਮੈਂ ਸੋਹਣੀ ਨੀ ਹੈਗੀ ਅਖੇ ਜੇ ਕਮੈਂਟ ਜੇ ਕਹਿੰਦੇ ਆ ਫਿਰ ਮੈਂ ਸੋਹਣੀ ਰੌਣਕ ਮੇਲੇ ਬਾਬਾ ਜੀ ਨੇ ਇਹ ਹੱਥ ਦੀਆਂ ਲਾਈਨਾਂ ਵੀ ਦੇਖਦੇ ਜਿਹਨਾਂ ਨੂੰ ਲੋੜ ਆ ਇਹੀ ਬਾਬਾ ਜੀ ਤੇ ਜਿਹੜੇ ਜਿੱਦੇ ਦੱਸ ਰਹੇ ਜੀ ਕਿਹਦੇ ਕੋਲ ਪੈਸਾ ਕਿਹਦੀ ਲਵ ਲਾਈਨ ਖਤਮ ਆ ਸ਼ਰਮਾ ਗਏ ਬਾਬਾ ਜੀ ਜੀਵ ਕੱਢ ਕੇ ਕੌਣ ਖਾਂਦਾ ਹੁੰਦਾ ਬਾਬਾ ਜੀ ਕੋਈ ਵਜਰ ਦੇਖੋ ਫੇਰ ਦੇਖੀ ਉਹ ਸਿਉਂਕ ਲੱਗੀ ਉਹ ਸਿਉਂਕ ਆ ਸਿਉਂਕ ਸਿਉਂਕ ਲੱਗੀ ਇਹ ਕਹਿੰਦੀ ਨਕਸ਼ਾ ਬਣਾਉਣਾ ਸਿਉਂਕ ਦਾ ਆਹੋ ਤੇ ਸਿਉਂਕ ਲੱਗੀ ਉੱਤੇ ਮੰਜ਼ਲੀ ਤਾਂ ਤੁਹਾਡੀ ਬਹੁਤ ਵਧੀਆ ਪਰ ਤੁਸੀਂ ਸਿਉਂਕ ਨਹੀਂ ਤਾਰੀ ਇੱਕ ਕਮਰਾ ਨਵਾਂ ਬਣਾਉਣ ਖਾਤਰ ਆਈ ਹੋਪ ਤੁਸੀਂ ਅੱਜ ਸਾਡਾ ਵਲੌਗ ਇੰਜੋਏ ਕੀਤਾ ਹੋਊਗਾ ਜੇ ਇੰਜੋਏ ਕੀਤਾ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਨੈਕਸਟ ਵਲੌਗ ਜਲਦੀ ਹੀ ਆਊਗਾ ਅੱਗੇ ਅਤੇ ਹੁਣ ਆਪਾਂ ਲੱਗੇ ਹਾਂ ਸੌਣ ਕਿਉਂਕਿ ਸਵੇਰੇ ਆਪਾਂ ਜਲਦੀ ਉੱਠਣਾ ਕਿਉਂਕਿ 2 ਵੱਜ ਗਏ ਆ ਅਤੇ ਆਪਾਂ ਜਾਣਾ ਅੰਮ੍ਰਿਤਸਰ ਅਤੇ ਆਈ ਹੋਪ ਤੁਹਾਨੂੰ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਸਾਡੇ ਵਲੌਗ ਇੱਦਾਂ ਹੀ ਆਉਂਦੇ ਰਹਿਣਗੇ ਅਤੇ ਬਾਏ ਬਾਏ ਸੋਹਣੇ ਸੋਹਣੇ ਵਲੌਗ ਲਵ ਯੂ ਬਾਏ ਬਾਏ